ਦੇਖੋ ਜਿਵੇਂ ਕਿ ਅਸੀਂ ਬੱਚਿਆਂ ਨੂੰ ਕਸੌਲੀ ਚ ਲੈ ਕੇ ਆਏ ਆ, ਕੈਂਪਿੰਗ ਸਾਈਟ ਹੈਗੀ ਹੈ, ਅਸੀਂ ਬੱਚਿਆਂ ਨੂੰ ਉੱਥੇ ਲੈ ਕੇ ਆਏ ਤਾਂ ਅਸੀਂ ਇੱਥੇ ਟੈਂਟ ਵੀ ਲਾਏ ਨੇ, ਅਰੇਂਜ ਕੀਤੇ ਨੇ ਤਾਂ ਕਿ ਬੱਚਿਆਂ ਨੂੰ ਕੈਂਪਿੰਗ ਦੀ ਪੂਰੀ ਫੀਲਿੰਗ ਆਵੇ। ਹਸਪੀਟਲ ਦੇ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ, ਬੇਸਿਕ ਫੈਸਿਲਿਟੀ ਮਿਲ ਜਾਂਦੀ ਹੈ, ਮਗਰ ਉਹ ਆਪਣੇ ਜੋ ਡਿਪਰੈਸਿੰਗ ਮਾਹੌਲ ਆ ਉਹਦੇ ਵਿੱਚੋਂ ਬਾਹਰ ਨਿਕਲਣ ਉਹਨਾਂ ਨੂੰ ਪਤਾ ਲੱਗੇ ਕਿ ਹਸਪੀਟਲ ਤੋਂ, ਬਿਮਾਰੀਆਂ ਤੋਂ ਬਾਹਰ ਵੀ ਇੱਕ ਜ਼ਿੰਦਗੀ ਹੈ, ਸਾਰੇ ਲੋਕ ਉਹਨਾਂ ਨੂੰ ਪਿਆਰ ਕਰਨਾ ਚਾਹੁੰਦੇ ਨੇ, ਤਾਂ ਉਸ ਡਿਪਰੈਸਿੰਗ ਮਾਹੌਲ ਤੋਂ ਬਾਹਰ ਕੱਢਣ ਲਈ ਅਸੀਂ ਅੱਜ ਬੱਚਿਆਂ ਨੂੰ ਇੱਥੇ ਲੈ ਕੇ ਆਏ ਹਾਂ। ਇਹ ਪੂਰੀ ਕੈਂਪਿੰਗ ਨੂੰ ਅਰੇਂਜ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਹੈ LWTC ਗਰੁੱਪ ਨੇ, ਲੈਟਸ ਵਾਕ ਐਂਡ ਟਰੈਕ ਚੰਡੀਗੜ੍ਹ, ਅਤੇ ਹੈਲਪਿੰਗ ਹੈਂਡ ਦੇ ਇੱਕ ਜੋ NGO ਹੈ ਪੰਚਕੂਲਾ ਦੇ ਵਿੱਚ, ਮੈਂਬਰਸ ਨਾਲ ਵੀ ਮਿਲਾਉਣਾ ਚਾਹੂੰਗਾ। ਦੋਸਤੋ, ਇਹ ਹੈਲਪਿੰਗ ਹੈਂਡ ਤੋਂ ਸਾਨੂੰ ਟੀਮ ਨੇ ਜੁਆਇਨ ਕੀਤਾ ਹੈ, ਆਪਣਾ ਗਰੁੱਪ ਹੈ LWTC ਦੇ ਨਾਂ ਤੋਂ, ਲੈਟਸ ਵਾਕ ਐਂਡ ਟਰੈਕ ਚੰਡੀਗੜ੍ਹ। ਅਮਿਤ ਤੇ ਉਹਨਾਂ ਦੇ ਫਰੈਂਡਸ ਨੇ ਅੱਜ ਸਾਡੀ ਪੂਰੀ ਹੈਲਪ ਕੀਤੀ ਹੈ ਕਿ ਅਸੀਂ ਬੱਚਿਆਂ ਨੂੰ ਕਸੌਲੀ ਦੇ ਲਾਗੇ ਇਸ ਕੈਂਪਿੰਗ ਸਾਈਡ ਵਿੱਚ ਲੈ ਕੇ ਆਈਏ। ਸੋ ਅਮਿਤ ਜੀ, ਥੋੜ੍ਹਾ ਜਿਹਾ ਆਪਣੇ ਬਾਰੇ ਵੀ ਦੱਸੋ ਅਤੇ ਆਪਣੇ ਸਰਕਾਰ ਵਾਲੇ ਵੀ। मुझे ऐसा लगता है दोस्तों कि एक खुशी मिलती है तो दो ही चीज़ों से, अच्छा खाना खा के और घूम फिर के। तो मैं घूमने फिरने पर यकीन करता हूँ और घुमाने फिराने पर भी, मज़ा आ जाता है करके, और इसलिए हम लोग घूमते फिरते हैं। थैंक यू सो मच सर।